ਅਸ਼ਕੋ ਬ੍ਰੀਕ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਆਂ ਅਗਲੇ ਸ਼ੋਅ ਦੇ ਨਾਲ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਅ ਦੇਖੋ ਅਸੀਂ ਬਹੁਤ ਵਾਰ ਫਰਾਈਡੇ ਦੇ ਪ੍ਰੋਗਰਾਮ ਚ ਕੁਛ ਨਾ ਕੁਛ ਐਸਾ ਰਾਈਟ ਅਪ ਵੀ ਲੈਣੇ ਹੈ ਜਿਹੜਾ ਕਿ ਅਸੀਂ ਸਮਝਦੇ ਆਂ ਵੀ ਡਿਸਕਸ਼ਨ ਦੇ ਕਾਬਿਲ ਹੈ ਜੀ ਔਰ ਅੱਜ ਜੀ ਸਾਨੂੰ ਪਾਕਿਸਤਾਨ ਤੋਂ ਵਕਾਰ ਕੌਰਵੀ ਸਾਹਿਬ ਦੀ ਈਮੇਲ ਔਰ ਇੱਕ ਆਰਟੀਕਲ ਜਿਹੜਾ ਅੱਜ ਦੀ ਦਾ ਨੇਸ਼ਨ ਅਖਬਾਰ ਚ ਉਹਨਾਂ ਦੀ ਧਰਮ ਪਤਨੀ ਬੀਬੀ ਅਦੀਲਾ ਨੌਰਿੰਗ ਜੀ ਦਾ ਛਪਿਆ ਜੀ ਉਹਨਾਂ ਨੇ ਭੇਜਿਆ ਔਰ ਉਹਦੇ ਚੁਣਾਨੇ ਜਿਹੜਾ ਸੱਚੋ ਸੱਚ ਔਰ ਟੀਵੀ 84 ਲਈ ਸ਼ੁਭ ਕਾਮਨਾਵਾਂ ਵੀ ਕੀਤੀਆਂ ਤੁਹਾਨੂੰ ਵੀ ਵਿਸ਼ ਕੀਤਾ ਔਰ ਉਹ ਆਰਟੀਕਲ ਕਿਉਂਕਿ ਜਿਵੇਂ ਬੀਬੀ ਜੀ ਦੀ ਲਿਖਤ ਖਾਲਸਤਾਨ ਲਹਿਰ ਬਾਰੇ ਸਿੱਖ ਮੂਵਮੈਂਟ ਔਰ ਸਾਰਾ ਰਾਈਜ਼ ਅਸੀਂ ਅੱਗੇ ਡਿਸਕਸ ਕੀਤੇ ਸੀ ਅੱਜ ਜਿਹੜਾ ਉਹਨਾਂ ਦਾ ਆਰਟੀਕਲ ਜਿਹੜਾ ਕਿ ਬੜਾ ਵੈਲ ਰਿਸਰਚਡ ਹੈ ਯੂਪੀ ਦੇ ਵਿੱਚ ਜਦੋਂ ਅਸੀਂ ਜੁਡੀਸ਼ਰੀ ਦੀ ਗੱਲ ਕਰਕੇ ਹਟੇ ਕਿ ਵੀ ਕਿਵੇਂ ਆ ਸਭ ਤੋਂ ਪਹਿਲਾਂ 2014 ਚ ਮੋਦੀ ਨੇ ਨਫ਼ਰਤ ਤੇ ਬੇਸਡ ਆਪਣਾ ਸਾਰਾ ਕੈਂਪੇਨ ਚਲਾ ਕੇ ਹਾਲਾਂ ਬੀਜੇਪੀ ਦੀਆਂ ਜੜਾਂ ਹੀ ਨਫ਼ਰਤ ਚ ਨੇ ਉਹ ਜੜਾਂ ਦਾ ਨਾ ਹੀ ਨਫ਼ਰਤ ਹੈ ਅਡਵਾਨੀ ਨੇ ਰਾਤ ਯਾਤਰਾ ਔਰ ਉਹ ਸਾਰਾ ਪਾਰਟ ਕੀਤਾ ਪਰ ਇਹ ਯੋਗੀ ਅਦਿੱਤਿਆ ਨਾਲ ਜਿਹੜਾ ਬਿਲਕੁਲ ਇਹਨੂੰ ਭਾਵੇਂ ਫਾਇਰ ਬ੍ਰਾਂਡ ਕਹਿੰਦੇ ਨੇ ਪਰ ਇਹਦੇ ਮੂੰਹ ਚੋਂ ਨਫ਼ਰਤ ਹੀ ਨਿਕਲਦੀ ਐ ਆਗੂ ਉਗਲਦੇ ਔਰ ਮੁਸਲਮਾਨਾ ਦਾ ਕਟਗਿੰਤਿਆਂ ਦਾ ਪੁੱਜ ਕੇ ਵਿਰੋਧੀ ਐ ਪਰ ਬਹੁਤ ਵਾਰ ਗੱਲਾਂ ਕਹੀਆਂ ਜਾਂਦੀਆਂ ਨੇ ਪਰ ਉਸ ਸਾਰੇ ਕਰੀਅਰ ਨੂੰ ਉਸ ਬੰਦੇ ਦੇ ਕ੍ਰਿਮੀਨਲ ਜਿਹੜਾ ਮਰਡਰਰ ਐ ਉਸ ਨੂੰ ਰਿਸਰਚ ਕਰਨਾ ਇੱਕ ਛੋਟੇ ਆਰਟੀਕਲ ਚ ਦੇਣਾ ਔਰ ਮੈਂ ਇਹਨੂੰ ਇਸ ਲਈ ਵੀ ਇੰਪੋਰਟੈਂਟ ਸਮਝਦਾ ਔਰ ਮੈਂ ਇਸ ਸੈਗਮੈਂਟ ਡਿਸਕਸ ਕਰਨਾ ਚਾਹੁੰਦਾ ਕਿ ਸਾਡੇ ਕੈਨੇਡਾ ਤੋਂ ਮਿੱਤਰ ਵੀਰ ਸਤਨਾਮ ਸਿੰਘ ਉਹਨਾਂ ਨੇ ਦੱਸਿਆ ਕਿ ਜਿਵੇਂ ਜਦੋਂ ਸਿੱਖ ਹੈਰੀਟੇਜ ਮੰਥ ਕੈਨੇਡਾ ਚ ਜਗਮੀਤ ਸਿੰਘ ਉਹਨਾਂ ਦੇ ਐਫਰਟ ਨਾਲ ਅਲੰਟੇਰੀਓ ਜਸ ਐਸਟੈਬਲਿਸ਼ ਹੋਇਆ ਤੇ ਹੁਣ ਹੌਲੀ 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 ਹਿੰਦੂਆਂ ਨੇ ਵੀ ਉੱਥੇ ਲੌਬੀ ਕਰਕੇ ਜਿਹੜਾ ਹਿੰਦੂ ਹੈਰੀਟੇਜ ਮੰਥ ਇਕ ਐਲਾਨ ਕਰਵਾਇਆ ਔਰ ਆਉਣ ਵਾਲਾ ਜਿਹੜਾ ਹਿੰਦੂ ਹੈਰੀਟੇਜ ਮੰਥ ਹੈ ਜਦੋਂ ਵੀ ਉਹਨਾਂ ਨੇ ਕਰਨਾ ਹੈ ਉਹਦੇ ਚ ਯੋਗੀ ਅਦਿੱਤਿਆਨਾਥ ਜਿਹੜੇ ਉਹ ਮੇਨ ਗੈਸਟ ਆਫ ਆਨਰ ਉਹਨੂੰ ਇਨਵਾਈਟ ਕੀਤਾ ਹੋਇਆ ਜੀ ਸੋ ਇਸ ਆਰਟੀਕਲ ਚ ਇਸ ਬੰਦੇ ਦਾ ਪਿਛੋਕੜ ਕੀ ਏ ਕੀ ਇਹ ਕਰ ਰਿਹਾ ਏ ਔਰ ਇਸ ਦੇ ਰਾਜ ਦੇ ਵਿੱਚ ਕਿਵੇਂ ਮੁਸਲਮਾਨ ਕਟ ਗਣਤੀਆਂ ਸਫਰ ਕਰ ਰਹੀਆਂ ਅਜੇ ਤਾਂ ਸਾਲ ਵੀ ਨਹੀਂ ਪੂਰਾ ਹੋਇਆ ਲੇਕਿਨ ਕਿਵੇਂ ਉਹਨਾਂ ਨੇ ਸਭ ਕੁਝ ਉਹਦਾ ਭਗਵਾ ਉਹਨੇ ਕਰ ਦਿੱਤਾ ਔਰ ਅਸੀਂ ਦੋ ਦਿਨ ਉਹਨਾਂ ਨਾਲ ਪਹਿਲਾਂ ਡਿਸਕਸ ਕੀਤਾ ਸੀ ਕਿ ਕਿਵੇਂ ਲਖਨਊ ਸੈਕਟਰੀਅਟ ਦੇ ਸਾਹਮਣੇ ਜਿਹੜਾ ਹਜਜ ਆਫਿਸ ਹੈ ਜਿੱਥੋਂ ਕਿ ਜਿਨ੍ਹਾਂ ਨੇ ਹਜਜ ਲਈ ਜਾਣਾ ਅਪਲਾਈ ਕਰਦੇ ਨੇ ਉਹਨੂੰ ਵੀ ਸਾਰਾ ਉਹਨਾਂ ਨੇ ਭਗਵਾ ਕਰ ਦਿੱਤਾ ਸੀ ਰੰਗ ਰਾਤੋਂ ਰਾਤ ਔਰ ਜਦੋਂ ਉਹਤੇ ਇਤਰਾਜ਼ ਕੀਤਾ ਤਾਂ ਉਹਨਾਂ ਕਿਹਾ ਜੀ ਇਹ ਰੰਗ ਤਾਂ ਉਰਜਾ એનર્ਜੀ ਔਰ ਫਲਾਣੇ ਦਾ ਪ੍ਰਤੀਕ ਹੈ ਜੀ ਔਰ ਇਹ ਕੋਈ ਅਨਟੀ ਨੈਸ਼ਨਲ ਕਲਰ ਥੋੜੀ ਸੋ ਅਸੀਂ ਪਹਿਲਾਂ ਤਾਂ ਆ ਜਿਹੜਾ ਵਿਕਰ ਕੌਰਵੀ ਸਾਹਿਬ ਦਾ ਵੀ ਸ਼ੁਕਰੀਆ ਅਦਾ ਕਰਦੇ ਆਂ ਦੀਲਾ ਨੋਰਿੰਗ ਜੀ ਦਾ ਵੀ ਜੀ ਔਰ ਮੈਂ ਉਸ ਆਰਟੀਕਲ ਨੂੰ ਸ਼ਾਇਦ ਸਾਰਾ ਤਾਂ ਨਾ ਪੜ ਸਕਾਂ ਵਕਤ ਦਾ ਤਕਾਜ਼ਾ ਇਸ ਕਿਸਮ ਦਾ ਹੈ ਜੀ ਲੇਕਿਨ ਜਰੂਰ ਜਿਹੜੇ ਉਹਦਾ ਮੇਜਰ ਪਾਰਟ ਹੈ ਜਿਹੜੀ ਆਰਟੀਕਲ ਦਾ ਉਸ ਨੂੰ ਮੈਂ ਜ਼ਰੂਰ ਸਾਂਝਾ ਕਰਾਂਗਾ ਔਰ ਉਸ ਦਾ ਹੈਡਿੰਗ ਦਿੱਤੇ ਯੋਗੀ ਯੋਗੀ ਬੀਜਪੀਜ਼ ਨਿਊ ਪੋਸਟਰ ਬாய் ਪੋਸਟਰ ਬாய் ਹੁੰਦਾ ਕਿ ਬੀ ਹੁਣ ਜਿਹਨੂੰ ਤੁਸੀਂ ਸਾਹਮਣੇ ਰੱਖ ਕੇ ਵੇਚਣਾ ਹੈ ਸੌਦਾ ਕਿ ਬੀ ਕਦੇ ਕੋਈ ਹੁੰਦਾ ਹੈ ਕਦੇ ਕੋਈ ਹੁੰਦਾ ਹੈ 2002 ਚ ਮੋਦੀ ਨੇ ਹਜ਼ਾਰਾਂ ਮੁਸਲਮਾਨ ਮਾਰੇ ਤੇ ਉਹ ਬੀਜਪੀ ਦਾ ਪੋਸਟਰ ਬாய் ਬਣਿਆ 2014 ਦੀ ਚੋਣਾ ਵੇੜੇ ਔਰ ਜਿਹੜੇ ਯੋਗੀ ਦੇ ਚੇਲੇ ਕਹਿੰਦੇ ਨੇ ਉਹ ਤਾਂ ਕਹਿੰਦੇ ਨੇ ਕਿ ਜੀ 1 2019 ਚ ਨਹੀਂ ਪਰ 2024 ਦੇ ਵਿੱਚ ਜਿਹੜਾ ਯੋਗੀ ਅਦਿੱਤਿਆਨਾਥ ਜਿਹੜਾ ਉਹ ਪ੍ਰਾਈਮ ਮਿਨਿਸਟਰ ਕੈਂਡੀਡੇਟ ਹੋਏਗਾ। ਸੋ ਇਹਨਾਂ ਨੇ ਲਿਖਿਆ ਦਾ ਮਰਕਿਊਰੀਅਲ ਰਾਈਜ਼ ਆਫ ਯੋਗੀ ਅਦਿੱਤਿਆਨਾਥ ਇਨ ਇੰਡੀਅਨ ਪੋਲਿਟਿਕਸ ਹੈਸ ਸੈਂਟ ਸ਼ੌਕ ਵੇਵਸ ਇੰਟੂ ਅਪਰੈਸਡ ਕਮਿਊਨिटीज ਮੇਨਲੀ ਮੁਸਲਮਸ ਦਲਿਤ ਸਿਕਸ ਐਂਡ ਕ੍ਰਿਸਚੀਅਨਸ ਕਿ ਜਿਹੜਾ ਤੇਜ਼ੀ ਦੇ ਨਾਲ ਇਸ ਯੋਗੀ ਅਦਿੱਤਿਆਨਾਥ ਦਾ ਭਾਰਤ ਦੀ ਰਾਜਨੀਤੀ ਦੇ ਵਿੱਚ ਚੜ੍ਹਾ ਹੈ ਉਸ ਨੇ ਜਿਹੜੀਆਂ ਦੱਬੀਆਂ ਕੁਚਲੀਆਂ ਆ ਕਾਮਨ ਹੈ ਜਿਨ੍ਹਾਂ ਦੇ ਵਿੱਚ ਮੁਸਲਮਾਨ ਦਲਤ ਸਿੱਖ ਤੇ ਈਸਾਈ ਨੇ ਉਹਨਾਂ ਨੂੰ ਕੰਬਣੀ ਛੇੜ ਦਿੱਤੀ ਹੈ ਐਸ ਰਿਪੋਰਟਡ ਬਾਈ ਦਾ ਗਾਰਡੀਅਨ ਔਨ 6th ਮਾਰਚ uh, 26th ਮਾਰਚ 2017 ਦਾ ਮੰਕ ਹੂ ਫਾਊਂਡਡਡ ਦਾ ਹਿੰਦੂ ਯੁਵਾ ਵਾਹਨੇ ਐਂਡ ਹੂਜ਼ ਫਾਇਰ ਬ੍ਰਾਂਡ ਹਿੰਦੂ ਸੁਪ੍ਰੈਮਿਸਟ ਵਿਜ਼ਨ ਗਾਈਡਸ ਦਾ ਆਰਗੇਨਾਈਜੇਸ਼ਨ ਵਾਸ ਸਿਲੈਕਟਡ ਬਾਈ ਦਾ ਪਾਰਟੀ ਆਫ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਟੂ ਲੀਡ ਦਾ ਮੋਸਟ ਪਪੂਲਰ ਸਟੇਟ ਆਫ ਇੰਡੀਆ ਦਾ ਇਕੁਇਵੈਲੈਂਟ ਆਫ ਦਾ 6th ਲਾਰਜੈਸਟ ਨੇਸ਼ਨ ਔਨ ਅਰਥ ਕਿ ਯੂਪੀ ਦੀ ਇੰਨੀ ਕਬਾਦੀ ਹੈ ਕਿ ਜੇ ਦੁਨੀਆ ਦੇ ਦੇਸ਼ਾਂ ਦੀ ਆਬਾਦੀ ਦੇ ਨਾਲ ਕੰਪੇਅਰ ਕਰਨਾ ਹੋਏ ਤੇ ਕੱਲਾ ਯੂਪੀ ਦੁਨੀਆ ਦਾ 6ਵੇਂ ਵੱਡੇ ਦੇਸ਼ ਦਾ ਰੁਤਬਾ ਰੱਖਦਾ ਆਬਾਦੀ ਦੇ ਲਿਹਾਜ਼ ਨਾਲ ਔਰ ਜਿਨੇ ਹਿੰਦੂ ਯੁਵਾ ਵਾਇਨੀ ਵਰਗੀ ਕਿਉਂਕਿ ਇਹ ਹੁਣ ਤਾਂ ਆਰਐਸਐਸ ਔਰ ਦੂਜਾ ਘੋ ਖਿਚੜੀ ਨੇ ਇਹ ਉਹਦੇ ਨਾਲ ਉਹ ਡਿਸਟੈਂਸ ਰੱਖਦਾ ਸੀ ਔਰ ਇਹ ਜਿਹੜਾ ਮੱਠ ਹੈ ਗੋਰਖਨਾਥ ਨਾਲ ਸੰਬੰਧ ਰੱਖਣ ਵਾਲਾ ਇਹ ਗੋਰਖਪੁਰ ਦਾ ਇਨੇ ਆਪਣੀ ਇੱਕ ਗੁੰਡਿਆਂ ਦੀ ਫੋਰਸ ਬਣਾਈ ਹੋਈ ਹੈ ਜਿਹਨੂੰ ਹਿੰਦੂ ਯੁਵਾ ਵਾਹਣੀ ਔਰ ਆਪਣੀ ਜਵਾਨੀ ਵੜੇ ਸ਼ਾਇਦ ਬੀਐਸਸੀ ਨੇ ਕੀਤੀ ਹੋਈ ਹੈ ਕਿਸੇ ਉਥੋਂ ਦੀ ਥਰਡ ਰੇਡ ਯੂਨੀਵਰਸਿਟੀ ਚੋਂ ਜੀ ਤੋ ਉਸ ਪੀਰੀਅਡ ਦੇ ਵਿੱਚ ਜਿਹੜੀਆਂ ਹਿੰਸਕ ਕਾਰਵਾਈਆਂ ਕਰਦਾ ਸੀ ਇਹ ਸਾਰਾ ਜਿਹੜਾ ਗਰੁੱਪ ਗੁੰਡਿਆਂ ਦਾ ਹਿੰਦੂ ਯੁਵਾ ਵਾਹਣੀ ਦੇ ਥੱਲੇ ਔਰ ਹੁਣ ਤਾਂ ਇਹ ਸਾਰਿਆਂ ਨੂੰ ਇੱਕੋ ਹੀ ਸਾਰੇ ਆਰੀਆ ਸਮਾਜੀ ਹੋਣ ਸਨਾਤਨੀ ਹੋਣ ਵਿਸ਼ਵ Hindu ਪਰਿਸ਼ਦ ਹੋਵੇ ਕੋਈ ਹੋਵੇ ਸਾਰੇ ਇੱਕੋ ਝੰਡੇ ਥੱਲੇ ਨੇ ਜੀ ਸੋ ਇਹਦੇ ਚ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਹਵਾਲਾ ਦਿੱਤਾ ਇਹਨਾਂ ਨੇ ਗਾਰਡੀਅਨ ਅਖਬਾਰ ਦਾ ਕਿ 26 ਮਾਰਚ 2017 ਦੀ ਦੇ ਗਾਰਡੀਅਨ ਦੇ ਵਿੱਚ ਛਪਿਆ ਕਿ ਵੀ ਇਹਨੇ ਜਿਹਨੇ ਕਿ ਹਿੰਦੂ ਯੁਵਾ ਵਾਇ ਨੇ ਬਣਾਈ ਉਹ ਜਿਹੜਾ ਹੁਣ ਮੋਦੀ ਨੇ ਸਿੱਧੇ ਤੌਰ ਤੇ 2017 ਚ ਇਹ ਜਦੋਂ ਆਇਆ ਕਿ ਵੀ ਮੋਦੀ ਨੇ ਸਿੱਧੇ ਤੌਰ ਤੇ ਉਹਨੂੰ ਜਿਹੜਾ ਇਸ ਉਦੇ ਦੇ ਲਈ ਚੁਣਿਆ ਐਲਨ ਬੈਰੀ ਇਨ ਹਿਸ ਮਾਰਚ 18 2017 ਪੀਸ ਇਨ ਦਾ ਨਿਊਯਾਰਕ ਟਾਈਮ ਸ਼ੋਡ ਕਨਸਰਨ ਆਫ ਰਾਈਜ਼ ਆਫ ਯੋਗੀ ਉਹਨਾਂ ਨੇ ਗਾਰਡੀਅਨ ਤੋਂ ਬਾਅਦ ਮਿਊਰਕ ਟਾਈਮ ਦਾ ਹਵਾਲਾ ਦਿੱਤਾ ਹੈ ਜੀ ਆਥਰ ਦਾ ਨਾਮ ਦਿੱਤਾ ਐਲਨ ਬੈਰੀ ਕਿ ਉਹਨੇ ਵੀ ਬੜਾ ਫਿਕਰ ਦਿਖਾਇਆ ਔਰ ਉਹਦੇ ਚੁਣੇ ਕਿਆ ਕੋਟ ਅਨ ਕੋਟ ਦਾ ਚੋਇਸ ਆਫ ਯੋਗੀ ਅਦਿੱਤਿਆਨਾਥ ਹੂ ਹੈਜ਼ ਬੀਨ ਰਿਪੀਟਿਡਲੀ ਅਕਿਊਜ਼ ਆਫ ਸਟਰਿੰਗ ਐਂਡ ਟਾਈ ਮਸਲਮ ਸੈਂਟੀਮੈਂਟਸ ਟੂ ਲੀਡ ਉੱਤਰ ਪ੍ਰਦੇਸ਼ Came as a shock to many political observers who have become accustomed to carefully moderated public positions of Prime Minister Modi. Mr. Aditya has openly called for India to be enshrined as a Hindu Rashtra or Hindu nation and supports the rebuilding of a temple to the Hindu god Rama, also known as Rama, on the site of the raised 16th century mosque, a project that was halted. アフター インसाइड आफ्टर इट इंसाइटेड ब्लडी रिलीजियस रॉयट्स इन 1990स सो ए इन ए न्यूयॉर्क टाइम्स ਦੇ حوالے انہوں نے کیا کہ ابھی મોદી ਜਿਹੜਾ ਕਿ ਪ੍ਰਾਈਮ ਮਿਨਿਸਟਰ ਬਣਨ ਤੋਂ ਬਾਅਦ ਬਹੁਤ ਧਿਆਨ ਰੱਖਦਾ ਸੀ ਵੀ ਉਹਦਾ ਇਮੇਜ ਬੜਾ ਸਾਫ਼ ਹੋਏ ਜੀ ਉਹਨੇ ਜਿਹੜਾ ਉਸ ਬੰਦੇ ਨੂੰ ਚੁਣਿਆ ਜਿਹਨਾਂ ਕਿ ਓਪਨਲੀ ਇਹ ਕਹਿੰਦਾ ਵੀ ਭਾਰਤ ਨੂੰ Hindu ਦੇਸ਼ ਐਲਾਨੋ ਔਰ ਉਸ ਥਾਂ ਦੇ ਉੱਤੇ ਬਾਬਰੀ ਮਸਜਿਦ ਦੀ ਥਾਂ ਤੇ ਉਹ ਜਿਹੜਾ ਮੰਦਿਰ ਬਣਾਉਣ ਦੀ ਵਕਾਲਤ ਕਰਦਾ ਹੈ ਇਹੀ ਨਹੀਂ ਇਹਨੇ ਤਾਂ ਈਵਨ ਤਾਜਮਹਾਲ ਨੂੰ ਜਿਸ ਤਰੀਕੇ ਨਾਲ ਤਾਜੂ ਮੰਦਿਰ ਬਣਾ ਕੇ ਸਰਕਟ ਚੋਂ ਗਾਇਬ ਕੀਤਾ ਜਾਂ ਦੂਸਰਾ 베ਰੀ ਗੋਜ਼ ਔਨ ਟੂ ਕੋਟ ਸ਼ੇਖਰ ਗੁਪਤਾ ਵਿਦ ਯੋਗੀਜ਼ ਅਪਾਇੰਟਮੈਂਟ ਮੋਦੀ ਇਜ਼ ਅਨਵੇਲਿੰਗ ਅ ਵਿਜ਼ਨ ਆਫ ਬੈਨਾਈਨ ਮੇਜੋਰੀਟਰੀਅਨਿਜ਼ਮ ਥੈਟ ਮੀਨਸ ਇਟਸ ਅ ਹਿੰਦੂ ਕੰਟਰੀ ਥੈਟ ਇਜ਼ ਦਾ ਫੈਕਟ ਐਂਡ ਵੀ ਵਿਲ ਬੀ ਨਾਈਸ ਟੂ ਯੂ ਇਫ ਯੂ ਬਿਹੇਵ ਯੋਰਸੈਲਫ ਉਨੇ ਸ਼ੇਖਰ ਗੁਪਤਾ ਨੂੰ ਹਾਲਾਂਕਿ ਖੁਦ ਵੀ ਬੜਾ ਕਾਮਿਊਨਲ ਹੈ ਸ਼ੇਖਰ ਗੁਪਤਾ ਇੰਡੀਆ ਟੂਡੇਚ ਵੀ ਹੁੰਦਾ ਸੀ ਉਹਦਾ ਐਡੀਟਰ ਪਰ ਉਹਨਾਂ ਨੂੰ ਵੀ ਇਹ ਲੱਗਦਾ ਹੈ ਕਿ ਵੀ ਇਹ ਤਾਂ ਸਾਡਾ ਜਲੂਸ ਨਿਕਲ ਰਿਹਾ ਬਾਹਰ ਔਰ ਉਹ ਵੀ ਕਮੈਂਟ ਕਰ ਰਿਹਾ ਹੈ ਕਿ ਜੀ ਇਹ ਉਸ ਵਰਡ ਗਿਣਤੀ ਦਾ ਜਿਹੜਾ ਉਹ ਸਾਰੇ ਨੂੰ ਵੀ ਬਿਲਕੁਲ ਬਦਲ ਰਹੇ ਨੇ ਔਰ ਉਹਨੂੰ ਹਿੰਦੂ ਕੰਟਰੀ ਦੇ ਤੌਰ ਤੋਂ ਇਹਨਾਂ ਦਾ ਮੈਸੇਜ ਬੜਾ ਕਲੀਅਰ ਹੈ ਕਿ ਜੇ ਤੁਸੀਂ ਸਾਡੇ ਨਾਲ ਨਾਈਸ ਰੋਗੇ ਤਾਂ ਫਿਰ ਅਸੀਂ ਜਿਹੜਾ ਤੁਹਾਡਾ ਰੱਖਾਂਗੇ ਧਿਆਨ ਤੁਹਾਨੂੰ ਬਿਹੇਵ ਕਰਨਾ ਪਏਗਾ ਜਿਵੇਂ ਅਸੀਂ ਚਾਹੁੰਦੇ ਹਾਂ ਉਵੇਂ ਤੁਹਾਨੂੰ ਰਹਿਣਾ ਪਏਗਾ ਜੀ ਬੀਜੇਪੀ ਐਂਡ ਆਰਐਸਐਸ ਹੈਵ ਪਲੇਡ ਦਾ ਗੁੱਡ ਕਾਪ ਬੈਡ ਕਾਪ ਗੇਮ ਵਿਦ ਦਾ ਅਪਰੈਸਟ ਮਾਈਨੋਰਟੀਜ਼ ਇਨ ਇੰਡੀਆ ਵਿਦ ਡੈਕਸਟਰਿਟੀ ਐਂਡ ਇਟ ਹੈਜ਼ ਵਰਕਡ ਫਾਰ ਥੈਮ ਇਨ ਪਾਸਟ 10 ইয়ারਸ ਹিয়ার ਆਰ ਸਮ ਆਫ ਦਾ ਕੋਰਸ ਅਟਰਡ ਬਾਈ ਦਾ ਫਾਇਰ ਬ੍ਰਾਂਡ ਯੋਗੀ ਹੀਲਿੰਗ ਫਰੋਮ ਪੋੜੀ ਗੜਵਾਲ ਉੱਤਰ ਪ੍ਰਦੇਸ਼ ਨਾ ਉਤਰਾਖੰਡ ਇਹ ਪੌੜੀ ਗੜਵਾਲ ਨਾਲ ਸੰਬੰਧਿਤ ਹੈ ਹੁਣ ਉਤਰਾਖੰਡ ਚ ਜੀ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਆਰਐਸਐਸ ਔਰ ਬੀਜੇਪੀ ਜਦੋਂ ਕਿਸੇ ਨੂੰ ਦਿਖਾਣਾ ਹੈ ਤੇ ਉਹ ਬਾਜਪਾਈ ਦਾ ਮੂੰਹ ਦਿਖਾ ਦਿੰਦੇ ਸੀ ਗੁੱਡ ਕਾਪ ਐ ਉਦੋਂ ਮੋਦੀ ਵੈਡ ਕਾਪ ਸੀ ਹੁਣ ਮੋਦੀ ਆਪ ਬੜਾ ਗੁੱਡ ਕਾਪ ਬਣਨ ਦੀ ਕੋਸ਼ਿਸ਼ ਕਰਦਾ ਹੈ ਹੁਣ ਯੋਗੀ ਕੱਢ ਲਿਆ ਸੋ ਉਹਨਾਂ ਨੇ ਕਿਹਾ ਕਿ ਵੀ ਇਹ ਪਿਛਲੇ ਪੀਰੀਅਡ ਚ ਪਿਛਲੇ 10 ਸਾਲ ਚ ਜਿਸ ਕਿਸਮ ਦੀ ਇਹ ਨੇ ਜੋ ਕੁਝ ਕਹਿ ਇਸ ਦੀਆਂ ਕੁਝ ਕੋਰਸ ਨੇ ਇਹਦੇ ਚ ਉਹਨੇ ਕਿਹਾ ਕਿ ਇਫ ਗਿਵਨ ਅ ਚਾਂਸ ਆਈ ਵਿਲ ਇਨਸਟਾਲ ਸਟੈਚੂਜ਼ ਆਫ ਗੋਡੈਸ ਗੋਰੀ ਗਣੇਸ਼ ਐਂਡ ਨੰਦੀ ਇਨ ਏਵਰੀ ਮਾਸਕ ਇਹ ਇਹਦਾ ਯੋਗੀ ਦਾ ਕਹਿਣਾ ਹੈ ਕਿ ਜੇ ਮੌਕਾ ਬਣਿਆ ਤੇ ਮੈਂ ਮਸਜਿਦਾਂ ਦੇ ਵਿੱਚ ਦੇਵੀ ਗੋੜੀ ਗਣੇਸ਼ ਤੇ ਨੰਦੀ ਇਹ ਸ਼ਿਵ ਜੀ ਦਾ ਬਹਿਲ ਇਹਨਾਂ ਦੇ ਜਿਹੜੇ ਨੇ ਉਹ ਸਟੈਚੂ ਬੁੱਤ ਰਖਾ ਦੇਗਾ ਇਫ ਮੈਨ ਡਿਵੈਲਪ ਫੈਮਿਨਨ ਟ੍ਰੇਟਸ they become gods but if women develop masculine traits they become demons ke je bandyan ch auratan wargiyan aata hon ta samjho oh devtian warge ne j narm aur jede nazuk par je auratan bandyan warge trait dikhan bahaduri aur hausla te phir oh shaitan ne shaitan. demons ne rakshas ne eh oh diyan exact quote ne if Jee. muslims take one hindu girl we will take 100 muslim girls if they kill one hindu there will be 100 that we will kill in return ke assi je musliman ik kudi saadi te jande ne assi 100 ohna diyan le aavange aur je ik hindu nu maarne assi 100 musliman nu marange ji in the debate on intolerance in indian media in year 2015 aditya nath commented that actor shahrukh khan was using the same language as pakistani terrorist hafez sayed कि इन्हें सलमान खाना जी यही जबान इस्तेमाल कर रहे जो हाफिज सैयद आ हालांकि उन्हें कुछ नहीं कह उन्हें इनटॉलरेंस की गल की उन्हें कहा जी मेरी वाइफ मैनू कहती है कि कह जी ये असी देश ना छ इनटॉलरेंस है, है।, है।, है और आमिर खान, आमर खान से ये, पता नहीं ये पिछले क्यों पि हूँ पर हर एक ही जड़ा ज मुसलमान है उसनों इस किस्म न डील करता है वर्ल्ड टॉकिंग अबाउट सूर्या नमस्कार and yoga in june 2015 adiyatanand said that those who want to avoid yoga can leave hindustan ke june 2015 jad adiyatanand ne kiah si ke jinna nu yoga pasand nahi oh bharat chhad sakde ne he requested those who see communalism in the sun god to drown themselves in the sea or live in a dark room for the rest of their lives ke je jehde suraj namaskar nahi karna chahunde suraj nu devta nahi mande oh samundar ch chhal mar de ਤੇ ਜਾ ਹਨੇਰੀ ਗੁਫਾ ਦੇ ਵਿੱਚ ਬਾਕੀ ਜ਼ਿੰਦਗੀ گزار ਲੈਣ ਉਹਨਾਂ ਦੀ ਭਾਰਤ ਦੇ ਵਿੱਚ ਕੋਈ ਥਾਂ ਨਹੀਂ ਇਨ ਐਨਡੀਟੀਵੀ ਰਿਪੋਰਟ ਔਨ 31st ਜਨਵਰੀ 70 2007 ਦਿਤਿਆਨਾਥ ਪ੍ਰੇਜ਼ਡ ਯੂਐਸ ਪ੍ਰੈਜ਼ੀਡੈਂਟ ਡੋਨਲਡ ਟਰੰਪਸ ਟੈਂਪਰਰੀ ਬੈਨ ਔਰ ਸਿਟੀਜ਼ਨਸ ਫ্রম ਸੈਵਨ ਮੁਸਲਮ ਮੈਜੋਰਟੀ ਕੰਟਰੀਜ਼ ਐਂਡ ਸੈਡ ਸਿਮਲਰ ਐਕਸ਼ਨ ਇਜ਼ ਨੀਡੇਡ ਟੂ ਚੈੱਕ ਟੈਰਰਿਜ਼ਮ ਇਨ ਇੰਡੀਆ ਵਾਈਲ ਕੈਂਪੇਨਿੰਗ ਫਾਰ ਉੱਤਰ ਪ੍ਰਦੇਸ਼ ਪੂਲਸ ਲਾਸਟ ਇਅਰ ਦਾ ਫਾਇਰਬ੍ਰੈਂਡ ਲੀਡਰ ਆਲਸੋ ਫੋਕਸਡ ਔਨ ਹਿਸ ਪਾਰਟੀ ਕਲੀਗਸ ਕਲੇਮਸ ਔਫ ਏ hindu exodus from western up and warned that the region could soon become another kashmir so unhe trump di tareef kiti jadon us sat musliman deshan de shahriyan te pabandi lai aur up di apne chun muhim de daran is ne e keh ke ji ye pashchimi up choh hindu nikal rahe ne aur e jada ik hor kashmir ban re aur hun kyuki karnataka chunav honiyan ne karnataka ch vi ehi yogi unna da star ਪ੍ਰਚਾਰਕ ਹੈ ਔਰ ਉੱਥੇ ਜਾ ਕੇ ਉਹ ਪੂਰਾ ਨਫ਼ਰਤ ਉਹਦੇ ਮੂੰਹ ਚੋਂ ਜਿਹੜਾ ਹੈ ਉਹ ਨਫ਼ਰਤ ਦੀ ਅੱਗ ਨਿਕਲ ਰਹੀ ਹੈ ਔਨ 3 ਜਨਵਰੀ 2016 ਅ ਡੇ ਆਫਟਰ ਰਾਜ ਫਾਲਸ ਫਲੈਗ ਅਟੈਕ ਔਨ ਇੰਡੀਅਨ 에어 ਫੋਰਸ ਬੇਸ ਇਨ ਪਠਾਨਕੋਟ ਦੇ ਉੱਤੇ ਨਾਲ ਕੰਪੇਅਰਡ ਪਾਕਿਸਤਾਨ ਟੂ ਸ਼ੈਤਾਨ ਕਿ ਵੀ ਇਹ ਜਿਹੜਾ ਆਪਣਾ ਹੀ ਕੰਮ ਸੀ ਪਠਾਨਕੋਟ ਵਾਲਾ ਇਹਨੇ ਕਿਹਾ ਜੀ ਪਾਕਿਸਤਾਨ ਹੀ ਸ਼ੈਤਾਨ ਹੈ ਜੀ ਫਿਰ ਇਹਦੀ ਬੈਕਗ੍ਰਾਉਂਡ ਹੈ ਕਿ ਹਿੰਦੂ ਮੰਕ ਫੈਮਲੀ ਚ ਪੈਦਾ ਹੋਇਆ ਇਹਦਾ ਯੋਗੀ ਅਦਿੱਤਿਆਨਾਥ ਜਿਹੜਾ ਮਹਾਂਤ ਵੈਦਿਆਨਾਥ ਸੀ ਔਰ ਉਨੇ ਹੀ ਇਹਨੂੰ ਗੋਰਖਨਾਥ ਮੱਠ ਦਾ ਜਿਹੜਾ ਮਹਾਂਤ ਬਣਾਇਆ ਔਰ ਇਹ ਗੋਰਖਪੁਰ ਤੋਂ ਜਿਹੜਾ ਪੰਜ ਵਾਰ ਲਗਾਤਾਰਤਾ ਦੇ ਨਾਲ ਮੈਂਬਰ ਪਾਰਲੀਮੈਂਟ ਰਹਿ ਚੁੱਕਾ ਹੈ ਔਰ ਇਹ ਇਹਨੂੰ ਜਿਵੇਂ ਮੈਂ ਆਲਰੇਡੀ ਕਿਹਾ ਹੈ ਵੀ 2023 ਦੇ ਵਿੱਚ ਜਿਹੜਾ ਫਿਊਚਰ ਜਿਹੜਾ ਪ੍ਰਾਈਮ ਮਿਨਿਸਟਰ ਦੇ ਤੌਰ ਤੇ ਪ੍ਰੋਜੈਕਟ ਕੀਤਾ ਜਾ ਰਿਹਾ ਔਰ ਇਦੇ ਚ ਫਿਰ ਉਹ ਪੂਰੀ ਮੱਠ ਦੀ ਹਿਸਟਰੀ ਹੈ ਕਿ ਕਿਵੇਂ ਯੋਗੀ ਜਿਹੜਾ ਉਹ ਇਸ ਦਾ ਲੀਡਰ ਬਣਿਆ ਔਰ ਫਿਰ ਇਹ ਯੋਗੀ ਦਾ ਰੋਲ ਇੱਥੇ ਹੀ ਨਹੀਂ ਹੈ ਅੱਜ ਜਦੋਂ ਇਹ ਕਿਹਾ ਜਾਂਦਾ ਹੈ ਕਿ ਜੀ ਨੇਪਾਲ ਹੁਣ ਚਾਈਨਾ ਦੇ ਸਰਕਟ ਚਲਾ ਗਿਆ ਔਰ ਅੱਜ ਹੀ ਖਬਰ ਸੀ ਕਿ इवन ਜਿਹੜਾ ਇੰਟਰਨੈਟ ਕਨੈਕਸ਼ਨ ਹੈ ਨੇਪਾਲ ਵਾਲਿਆਂ ਨੇ ਅੱਗੇ ਇੰਡੀਆ ਨਾਲ ਜੁੜੇ ਸੀ ਹੁਣ ਚਾਈਨਾ ਦੇ ਨਾਲ ਜੁੜ ਗਏ ਨੇ ਔਰ ਇਹਦੇ ਚ ਵੀ ਯੋਗੀ ਦਾ ਵੱਡਾ ਰੋਲ ਹੈ 네ਗੇਟਿਵ ਯੋਗੀ ਹੈਜ਼ ਬੀਨ ਰੈਗੂਲਰਲੀ ਇੰਟਰਫੀਅਰਿੰਗ ਇਨ ਡੋਮੈਸਟਿਕ ਪੋਲਿਟਿਕਸ ਆਫ ਨੇਪਾਲ ਐਂਡ ਇਨ 2006 ਹੀ ਐਨਕੋਰਜਡ ਮਧੇਸ਼ੀ ਲੀਡਰਸ ਦੋ ਆਪੋਜ਼ ਮੌਇਜ਼ਮ ਨੇ ਨੇਪਾਲ ਦੇ ਮਦੇਸ਼ੀ ਰੀਜਨ ਹੈ ਬਿਹਾਰ ਦੇ ਤਿੰਨ ਚਾਰ ਜ਼ਿਲ੍ਹੇ ਜਿਨ੍ਹਾਂ ਦਾ ਬਾਰਡਰ ਲੱਗਦਾ ਹੈ ਕਿ ਬਿਹਾਰ ਦੇ ਹੁੰਦੇ ਸੀ ਉਹਨਾਂ ਦੇ ਨਾਲ ਲੱਗਦੇ ਆ ਸੋ ਇਹ ਪੂਰਾ ਹਿੰਦੂਤਵਾਦ ਆਏ ਨੇ ਨੇਪਾਲ ਚ ਵੀ ਜਾ ਕੇ ਗੰਦ ਪਾਇਆ ਔਰ ਇਸ ਤਰ੍ਹਾਂ ਨੇਪਾਲ ਜਿਹੜਾ ਹੈ ਉਹਨਾਂ ਦੇ ਹੱਥੋਂ ਨਿਕਲਿਆ ਜੀ ਸਮ ਆਫ ਯੋਗੇਸ ਇਮੀਡੀਏਟ ਡਿਸੀਜਨਸ ਆਫਟਰ ਬਿਕਮਿੰਗ ਸੀਐਮ ਹੈਵ ਬੀਨ ਫੋਰਸਫੁਲੀ ਸ਼ਟਿੰਗ ਡਾਊਨ ਬੈਨਿੰਗ ਸਲੋਟਰ ਹਾਊਸ ਜਦੋਂ ਦਾ ਐਚੀਐਮ ਬਣੇ ਉਹਦੇ ਚ ਜਿਹੜੇ ਉਹਨੇ ਫੈਸਲੇ ਲਏ ਨੇ ਜ਼ਬਰਦਸਤੀ ਜਿਹੜੇ ਮੁਸਲਮ ਕਮੇਟੀ ਦੇ SLAUGHTER HOUSE ਸੀ ਬੁੱਚੜਖਾਨੇ ਉਹ ਬੰਦ ਕੀਤੇ FARMING ऑफ ਐਂਟਾਇਰ ਰੋਮਿਓਸ ਸਕਵਾਡਸ ਕਿ ਜੀ ਇਹ ਇਸ਼ਕ ਮੁਸ਼ਕ ਕਰਨ ਵਾਲਿਆਂ ਨੂੰ ਕੁੱਟੋ ਫੜ ਕੇ ਹਨ ਉਸ ਤੋਂ ਬਾਅਦ ਇੰਨੇ ਮਰਡਰਜ਼ ਐਨੀਆਂ ਘਟਨਾਵਾਂ ਹੋਈਆਂ ਨੇ ਕਿ ਰਹਿ ਰੱਬ ਦਾ ਨਾ BLANKET BAN ON COW TRADE ਇਨ ਦਾ ਨੇਮ ਆਫ ਕਾਊ ਸਮਗਲਿੰਗ ਜਿਹਨੂੰ ਮਰਜ਼ੀ ਫੜ ਕੇ ਕੁੱਟਦੇ ਨੇ ਮੁਸਲਮਾਨਾਂ ਨੂੰ ਕਹਿੰਦੇ ਨੇ ਜੀ ਇਹ ਤਾਂ गांववा स्मगल ਕਰ ਰਹੇ ਸੀ ਐਂਡ ਗਿਵਿੰਗ ਅ ਫਲਿੱਪ ਟੂ ਲਵ ਜਿਹਾਦ ਕੈਂਪੇਨ ਟਾਰਗੇਟਿੰਗ ਹਿੰਦੂ ਗਰਲਸ ਮੈਰਿੰਗ ਮੁਸਲਮਾਨ ਯੂਥ ਇਹਨਾਂ ਨੇ ਇਹ ਰੌਲਾ ਪਾਇਆ ਕਿ ਜੀ ਇਹ ਜਿਹੜੇ ਨੇ ਹਿੰਦੂ ਕੁੜੀਆਂ ਨੂੰ ਫਸਾ ਕੇ ਮੁਸਲਮਾਨ ਜਿਹੜੇ ਨੇ ਇੱਕ ਪੂਰਾ ਜਿਹਾਦ ਕਰ ਰਹੇ ਨੇ ਔਰ ਉਹ ਇਸ ਕਿਸਮ ਦਾ ਇਸ ਦਾ ਹੁਣ ਕੰਟਰੋਲ ਹੈ ਯੂਪੀ ਐਡਮਿਨਿਸਟ੍ਰੇਸ਼ਨ ਤੇ ਕਿ 36 ਮਿਨਿਸਟਰੀਆਂ 36 ਮਿਨਿਸਟਰੀਜ਼ ਨੇ ਆਪਣੇ ਕੋਲ ਰੱਖੀਆਂ ਹੋਈਆਂ ਨੇ ਫਿਰ ਯੋਗੀ ਸਿੰਗਲ ਆਊਟ ਮੁਸਲਮ ਰਿਲੀਜੀਅਸ ਸਕੂਲਸ ਟੂ ਪ੍ਰੋਵਾਈਡ ਵੀਡੀਓ ਐਵਿਡੈਂਸ ਦੈਟ देयर ਸਟੂਡੈਂਟਸ ਹੈਡ ਸੰਗ ਦਾ ਇੰਡੀਅਨ ਨੈਸ਼ਨਲ ਹੁਣ 26 ਜਨਵਰੀ ਹੋਣਾ ਹੈ ਤੇ ਮੁਸਲਮਾਨ ਸਕੂਲਾਂ ਵਾਲਿਆਂ ਨੂੰ ਕਿਹਾ ਜੀ ਤੁਸੀਂ ਸਾਨੂੰ ਵੀਡੀਓ ਪ੍ਰੂਫ ਦਿਓ ਕਿ ਬੱਚਿਆਂ ਨੇ 26 ਜਨਵਰੀ ਵਾਲੇ ਦਿਨ ਜਿਹੜਾ ਹੈ ਉਹ ਨੈਸ਼ਨਲ ਐਂਥਮ ਗਾਇਆ ਫਾਰ ਇੰਡੀਆਸ ਇੰਡੀਪੈਂਡੈਂਸ ਡੇ ਸੈਲੀਬ੍ਰੇਸ਼ਨ ਥਿਸ ਅਰਲੀਅਰ ਯੋਗੀ ਰੈਨ ਪਿਊਰੀਫਿਕੇਸ਼ਨ ਡਰਾਈਵ ਇਨ 2005 ਫਾਰ ਫੋਰਸ ਕਨਵਰਸ਼ਨ ਆਫ 1800 ਕ੍ਰਿਸਚੀਅਨਸ ਟੂ ਹਿੰਦੂਇਜ਼ਮ in the town of itta in up stating that he wouldn't stop until he turns uttar pradesh and in india into a hindu state ke 2005 de vich yogi ne 1800 christians nu shuddhikaran de karke hindu banaya si aur unne elaniya kiya hoya ke main udon tak aaram nahi karanga jadon tak main is up de vich aur baad ch india ch ਹਰ ਇੱਕ ਨੂੰ ਹਿੰਦੂ ਨਹੀਂ ਬਣਾ ਦਿੰਦਾ ਦਾ ਰਾਈਜ਼ ਆਫ ਹਿੰਦੂਤਵਾ ਰਿਪਬਲਿਕ ਇਜ਼ ਅਨਸਟਾਪੇਬਲ اسپੈਸ਼ਲੀ ਵਨ ਹਾਰਡਲਾਈਨਰਸ ਲਾਈਕ ਯੋਗੀ ਅਦਿੱਤਿਆ ਆਰ ਬੀਇੰਗ ਪ੍ਰੋਜੈਕਟਿਡ ਟੂ ਟੇਕ ਓਵਰ ਦਾ ਰੇਂਜਸ ਆਫ ਦਾ ਰਾਜਪਥ ਨੀਅਰ ਫਿਊਚਰ ਕਿ ਅਜੇ ਉੱਥੇ ਹੀ ਇਹ ਹਾਲ ਕਰ ਰਿਹਾ ਜਿੱਦਾਂ ਨੇ ਦਿੱਲੀ ਪਹੁੰਚਿਆ ਫਿਰ ਜ਼ਾਹ ਰਹਿ ਕਿ ਵੀ ਕੀ ਹੋਏਗਾ ਉਸ ਵਿੱਚ ਇੰਡੀਅਨ ਸੈਕੂਲਰ ਫਾਸਾਡ ਹੈਜ਼ ਬੀਨ ਅਨਵੇਲਡ ਐਂਡ ਗਾਂਧੀਇਜ਼ਮ ਸੀਮਜ਼ ਟੂ ਬੀ ਡਾਈਇੰਗ ਐਨ ਅਨਫੋਰਚੂਨੇਟ ਬਟ ਸ਼ੋਰ ਡੈਥ ਕਿ ਜਿਹੜਾ ਉਹ ਲਬਾਦਾ ਸੀ ਗਾਂਧੀ ਜਿੰਦਾਈ ਵਨ ਉਹ ਵੀ ਲਾ ਦਤਾ ਇਹਨਾਂ ਨੇ ਹੁਣ ਉਹ ਸਿੱਧੇ ਸਿੱਧੇ ਹੋ ਕੇ ਹਿੰਦੂਤਵਾ ਵੀ ਬਣ ਇਹ ਬੈਲੀਜਰੈਂਟ ਹਿੰਦੂਤਵਾ ਰ ਪਬਲਿਕ ਇਜ਼ ਅ ਬੈਡ ਓਮਨ ਫॉर ऑਪਰੈਸਡ ਕਮਿਊਨिटीज ਵਿਥਨ ਇੰਡੀਆ ਐਜ਼ ਵੈਲ ਐਸ ਫॉर ਦਾ ਇਮੀਡੀਏਟ ਪੈਰੀਫਰੀ ਆਫ ਸਾਊਥ ਏਸ਼ੀਆ ਕਿ ਇਹ ਜਿਹੜਾ ਹਿੰਦੂਤਵਾ ਨੇਸ਼ਨ ਹੈ ਉਹ ਦਬੀਆਂ ਕੁਚਲੀਆਂ ਜਿਹੜੀਆਂ ਕੌਮਾਂ ਨੇ ਉਹਨਾਂ ਦੇ ਲਈ ਵੀ ਖਤਰਾ ਹੈ ਔਰ ਇਹ ਜਿਹੜੇ ਗਵਾਂਡ ਦੇ ਵਿੱਚ ਨੇ ਪੈਰੀਫਰੀ ਆਫ ਸਾਊਥ ਏਸ਼ੀਆ ਐਂਡ ਬਿਯੋਂਡ ਔਰ ਦੁਨੀਆਂ ਲਈ ਵੀ ਖਤਰਾ ਹੈ ਜੀ ਕਹਿੰਦਾ ਇੰਟਰਨੈਸ਼ਨਲ ਕਮੇਟੀ ਹੈਲਪ ਇੰਡੀਆ ਇਨ ਸਟੈਮਿੰਗ ਦਾ ਟਾਈਡ ਸਟੈਮਿੰਗ ਦਾ ਟਾਈਡ ਆਫ ਸੈਫਰਨ ਟੈਰਰ ਆਰਮਡ ਵਿਦ ਨਿਊਕਲੀਅਰ ਵੈਪਨਸ ਦਿਸ ਮੇ ਬੀ ਦਾ ਮਿਲੀਅਨ ਡਾਲਰ ਕੁਐਸਚਨ ਆਫ 21ਸੈਂਚਰੀ ਔਰ ਅਸੀਂ ਬੀਬੀ ਅਦੀਲਾ ਨਾਰੀਨ ਜੀ ਦਾ ਸ਼ੁਕਰੀਆ ਵੀ ਅਦਾ ਕਰਦੇ ਔਰ ਜੋ ਉਹਨਾਂ ਨੇ ਕਨਕਲੂਜਨ ਕੱਢੇ ਕਿ 1 ਬਿਲੀਅਨ 300 ਮਿਲੀਅਨ ਲੋਕ ਨਿਊਕਲੀਅਰ ਹਥਿਆਰ ਜਿਹਨਾਂ ਦੇ ਹੱਥ 'ਚ ਆਏ ਨੇ ਇਹ ਇਵੇਂ ਹੀ ਹੈ ਜਿਵੇਂ ਬਾਂਦਰ ਦੇ ਹੱਥ ਦੇ ਵਿੱਚ ਮਾਚਸ ਦੀ ਡੱਬੀ ਆ ਜਾਂਦੀ ਹੈ ਔਰ ਇਹ ਤਬਾਹੀ ਦਾ ਹੈ ਔਰ ਅਸੀਂ ਕੈਨੇਡਾ ਦੇ ਕੰਟੈਕਸਟ 'ਚ ਗੱਲ ਸ਼ੁਰੂ ਕੀਤੀ ਸੀ ਕਿ ਇਹ ਪ੍ਰੋਪਰ ਲੌਬੀ ਹੋਣੀ ਚਾਹੀਦੀ ਹੈ ਕੈਨੇਡਾ 'ਚ ਸਿੱਖ, ਮੁਸਲਮਾਨ, ਈਸਾਈ ਔਰ ਜਸਟਿਸ ਲਵਿੰਗ ਕੈਨੇਡੀਅਨਸ ਵੀ ਕੈਨੇਡੀਅਨ ਗਵਰਨਮੈਂਟ ਨੂੰ ਕਿ ਇਸ ਮਰਡਰਰ ਔਰ ਹੇਟ ਮੋਂਗਰਰ ਦੀ ਜਿਹੜੀ ਹੈ ਐਂਟਰੀ ਇਹ ਕੈਨੇਡਾ 'ਚ ਬੰਦ ਹੋਏ ਬੈਨ ਹੋਏ ਸੋ ਅਸੀਂ ਆ ਜਿਹੜਾ ਬੀਬੀ ਜੀ ਦਾ ਬਹੁਤ ਬਹੁਤ ਸ਼ੁਕਰੀਆ ਦਾ ਆਖਦੇ ਹਾਂ ਇਹ ਸਾਰਾ ਇੱਕ ਆਰਟੀਕਲ ਦੇ ਵਿੱਚ ਇਹ ਸਾਰੇ ਜਿਹੜਾ ਮਰਡਰਰ ਔਰ ਹਿੱਟ ਮੰਗਰਰ ਹੈ ਉਸ ਦੇ ਸਾਰੇ ਇਤਿਹਾਸ ਨੂੰ ਇਕੱਠੇ ਕਰ ਦਿੱਤਾ ਜੀ ਡਾਕਟਰ ਸਾਹਿਬ ਇਥੇ ਲੈਨੇ ਆ ਬ੍ਰੇਕ ਬ੍ਰੇਕ ਤੁਹਾਨੂੰ ਅਸੀਂ ਆਪਣੇ ਦਰਸ਼ਕਾਂ ਦੇ ਸ्रोतਿਆਂ ਨੂੰ ਫਿਰ ਦੁਬਾਰਾ ਅਪੀਲ ਕਰਦੀ ਹੈ ਵੀਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਅਜਿਹਾ ਚੈਨਲ ਹੈ ਜਿਹੜਾ ਕਿ ਮਨੁੱਖੀ ਹੱਕਾਂ ਦੀ ਗੱਲ ਕਰ ਰਿਹਾ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਜੇ ਟੀਵੀ 84 'ਤੇ ਇਸ ਤਰ੍ਹਾਂ ਹੀ ਮਨੁੱਖੀ ਕੰਢੇ ਕਲ ਕਰਦਾ ਰਹੇ ਤਾਂ ਤੁਸੀਂ ਇਸਦੀ ਬਾਤ-ਬਾਤ ਮਾਈਕ ਸਾਥਾ ਕਰੋ ਤੁਸੀਂ ਆਪਣੀ ਮਾਈਕ ਸਾਥਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਇਹਨਾਂ ਤਰੀਕੇ ਵਸ ਰਾਈ ਕਰ ਸਕਦੇ ਹੋ ਜਿਸ ਤਰ੍ਹਾਂ ਕਿ ਵਨ ਟਾਈਮ ਡੋਨੇਸ਼ਨ ਮੰਥਲੀ ਡੋਨੇਸ਼ਨ ਜਾਂ ਫਿਰ ਤੁਸੀਂ tv84 ਦੇ ਨਾਮ ਤੇ ਚੱਕ ਬਣਾ ਕੇ ਸਾਨੂੰ ਇਸ ਪਤੇ ਤੇ ਭੇਜ ਸਕਦੇ ਹੋ 36-0137 ਹਨੀ ਲੌਂਗ ਆਂਡ ਸਿਟੀ ਨਿਊਯਾਰਕ 11101 ਯੂ ਐਸ ਏ ਜਾਂ ਫਿਰ ਤੁਸੀਂ ਫੋਨ ਰਾਹੀਂ ਵੀ ਸਾ ਨਾਲ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694 ਪੀਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਆਫਟਰ ਥਿਸ ਸ਼ਾਰਟ ਬ੍ਰੇਕ